ਬਲਾਕ ਚੁਗਾਵਾਂ ਦੇ ਨਾਂ ਦੇ ਸਰਹੱਦੀ ਪਿੰਡ ਬੱਜ ਵਿਖੇ ਡੀਪੂ ਦੀ ਕਣਕ ਦੀ ਵੰਡ ਨੂੰ ਲੈ ਕੇ ਪਿੰਡ ਵਾਸੀਆਂ ਨੇ ਡੀਪੂ ਹੋਲਡਰ ਦੇ ਖਿਲਾਫ ਰੋਸ ਦਾ ਪ੍ਰਗਟਾਵਾ ਕੀਤਾ ਹੈ। ਰੋਹ ਵਿੱਚ ਆਏ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਦੇ ਡੀਪੂ ਹੋਲਡਰ ਰਾਜਕੁਮਾਰ ਵੱਲੋਂ ਕਣਕ ਦੀ ਵੰਡ ਨੂੰ ਲੈ ਕੇ ਪੱਖਪਾਤ ਕੀਤਾ ਜਾਂਦਾ ਹੈ। ਡੀਪੂ ਹੋਲਡਰ ਕਈ ਚਿਰਾਂ ਤੋਂ ਆਪਣੇ ਚਹਿਤਿਆਂ ਨੂੰ ਵੱਧ ਕਣਕ ਅਤੇ ਗਰੀਬ ਲੋਕਾਂ ਨੂੰ ਘੱਟ ਕਣਕ ਦੇ ਰਿਹਾ ਹੈ, ਜਿਸ ਦਾ ਅਸੀਂ ਵਿਰੋਧ ਕਰਦੇ ਹਾਂ। ਗਰੀਬ ਲੋਕਾਂ ਦੀ ਕਣਕ ਖਾਂਦੇ ਜੀ ਡੀਪੂ ਹੋਲਡਰ। ਕੌਣ ਹੈ ਡੀਪੂ ਹੋਲਡਰ? ਗਰੀਬਾਂ ਦਸ ਦਸ ਤੋੜੇ ਖੜ ਰਹੇ ਉਹਦੇ ਤੇ ਇਸ ਸੰਬੰਧੀ ਤੁਸੀਂ ਕਿਸੇ ਨੂੰ ਕੋਈ ਅਫਸਰ ਨਾਲ ਕੀਤੀ ਕੋਈ ਗੱਲਬਾਤ? ਹਾਂਜੀ, ਇੰਸਪੈਕਟਰ ਸਾਹਿਬ ਨਾਲ ਗੱਲ ਹੋਈ ਜੀ। ਤੇ ਉਹਨਾਂ ਕੋਈ ਭਰੋਸਾ ਦਿੱਤਾ ਤੁਹਾਨੂੰ? ਨਹੀਂ, ਉਹਨਾਂ ਕਿਹਾ ਹੀ ਨਿਆਂ ਹੋਏਗਾ ਜੋ ਹੱਕ ਮਿਲੇਗਾ ਗਰੀਬਾਂ ਨੂੰ। ਅੱਛਾ, ਤੇ ਅੱਜ ਆ ਕੀ ਮਸਲਾ ਜਿਹੜੀ ਕਣਕ ਆਈ ਆ? ਇਹਨਾਂ ਕਣਕ ਧੱਕੇ ਨਾਲ ਲਵਾਲੀ, ਰੋਕ ਲਾਈ ਸੀ ਇੱਥੇ ਕਣਕ ਤੇ। ਹਾਂਜੀ, ਤੇ ਧੱਕੇ ਨਾਲ ਚੋਰੀ ਕੱਲ ਸ਼ਾਮ ਨੂੰ ਕਣਕ ਲਵਾਲੀ ਫਿਰ ਡੀਪੂ ਹੋਲਡਰ ਨੇ। ਕਿੱਥੇ ਲਵਾਈ ਇਹਨੇ? ਆਪਣੇ ਘਰ। ਅੱਛਾ ਜੀ, ਹੁਣ ਤੁਸੀਂ ਕੀ ਚਾਹੁੰਦੇ ਜੇ ਕਣਕ ਕਿੱਥੇ? ਅਸੀਂ ਚਾਹੁੰਦੇ ਵੀ ਕਣਕ ਵਾਪਸ ਕਰਕੇ ਸਾਂਝੇ ਥਾਂ ਕਣਕ ਵੰਡੀ ਜਾਵੇ। ਮਸਲਾ ਇਹ ਆ ਵੀ ਕਣਕ ਗਰੀਬਾਂ ਨੂੰ ਦੇਣ ਦੇਣੀ ਆ। ਹਾਂਜੀ, ਗਰੀਬ ਆਟੇ ਹੁਣ ਤਰਸੰਦਾ, ਜਿਹੜੇ ਤਗੜੇ ਲੋਕ ਹਲੰਦ ਰੱਖ ਕੇ ਗਾਂ ਜਾਂਦੇ ਉਹਦਾ ਦਾਲ ਬਣਾ ਬਣਾ ਡੰਗਰਾਂ ਨੂੰ ਪਾਉਣ ਡਿਆ। ਇਹ ਡੀਪੂ ਹੋਟਲ ਜਿਹੜਾ ਇਹਦੀ ਚੱਕੀ ਚੱਲਦੀ ਆ, ਇਹੋ ਆਟਾ ਜਿਹੜਾ ਗਰੀਬਾਂ ਨੂੰ 25 ਰੁਪਏ ਦੇਣ ਡਿਆ। ਇੰਨੀ ਧੱਕੇ ਸਹੀ ਚੱਲਣ ਡੀ ਆ ਮੰਜਾਂ ਦੇ ਵਿੱਚ, ਇਹ ਅਸੀਂ ਧੱਕੇ ਸਹੀ ਨਹੀਂ ਚੱਲਣ ਦੇਵਾਂਗੇ। ਸਾਨੂੰ ਡਟ ਕੇ ਮੁਕਾਬਲਾ ਕਰਾਂਗੇ, ਅਸੀਂ ਲੜਾਂਗੇ ਤੇ ਮਰਾਂਗੇ। ਇਹਨੂੰ ਜਿਹੜਾ ਜਾ ਸਿਖਾ ਦਾਂਗੇ ਨਾਲ ਹੀ, ਇਹਨੂੰ ਇੰਸਪੈਕਟਰ ਨੂੰ ਵੀ, ਇਹ ਜਿਹੜੀ ਸੋਚ ਨਹੀਂ ਕਰਦਾ, ਇੰਸਪੈਕਟਰ ਦੇ ਦੁਆਲੇ ਵੀ ਹੋਵਾਂਗੇ ਤੇ ਡੀਪੂ ਹੋਟਲ ਦਾ ਨਾਂ ਕਟਾਵਾਂਗੇ। ਜਿਹੜੀ ਕਣਕ ਆਈ ਆ ਇਸ ਸੰਬੰਧ ਵਿੱਚ ਤੁਸੀਂ ਅੱਜ ਕੀ ਕਾਰਵਾਈ ਕਰੋ? ਇਹ ਕਾਰਵਾਈ ਅਸੀਂ ਇਹ ਚਾਹੁੰਦੇ ਹਾਂ ਵੀ ਗਰੀਬਾਂ ਨੂੰ ਹੱਕ ਦਵਾਇਆ ਜਾਵੇ, ਜੋ ਗਰੀਬਾਂ ਦੇ ਕਾਰਡ ਆ ਕੱਟੇ ਉਹ ਬਣੇ ਜਾਣ, ਬਹਾਲ ਹੋ ਜਾਣ, ਜਿਹੜੇ ਗਰੀਬਾਂ ਨੂੰ ਸਾਰਿਆਂ ਨੂੰ ਕਣਕ ਮਿਲੇ। ਇਹ ਕੋਟਾ ਜਿਹੜਾ ਮੈਨੂੰ ਸਾਰੇ ਗਰੀਬਾਂ ਦਾ ਤੇ ਗਰੀਬਾਂ ਦੇ ਕੱਟ ਕੇ ਜ਼ਿਮੀਦਾਰਾਂ ਦੇ ਬਣਾਏ ਜਾਂਦੇ ਆ। ਦਸਾਂ ਦਸਾਂ ਕਿੱਲਿਆਂ ਵਾਲੇ ਇੱਥੇ ਨਕਵਾਰੀ ਕਰਨ, ਦਸਾਂ ਦਸਾਂ ਕਿੱਲਿਆਂ ਵਾਲੇ ਕਣਕ ਖੜਦਾ ਆ ਇੱਥੇ, ਜਿਹੜੇ ਕੁੜੀਆਂ ਗਰੀਬ ਕੰਧਾਂ ਨੂੰ ਲੱਗਣ ਡੇ, ਗਰੀਬ ਉਹ ਤਰਲੇ ਲੈਣ ਡੇ ਕਣਕ ਨੂੰ। ਇਹ ਅਸੀਂ ਇਹਨਾਂ ਕੰਮਾਂ 'ਤੇ ਅਸੀਂ ਲੜਾਈ ਲੜਦੇ ਹਾਂ, ਅਸੀਂ ਧੱਕੇ ਦੇ ਖਿਲਾਫ਼ ਹਾਂ, ਅਸੀਂ ਲੜਾਂਗੇ ਤੇ ਮਰਾਂਗੇ। ਅਸੀਂ ਐਸਪੈਕਟਰ ਨੂੰ ਜਾ ਸਿਖਾ ਦਾਂਗੇ, ਨਾਲ ਡੀਪੂ ਹੋਟਲ ਨੂੰ ਜਾ ਸਿਖਾ ਦਾਂਗੇ। ਕਣਕ ਕਿੱਥੇ ਵੰਡਣ ਦੀ ਮੰਗ ਕਰਦੇ? ਅਸੀਂ ਮੰਗ ਕਰਦੇ ਵੀ ਸਾਂਝੇ ਥਾਂ ਕਣਕ ਵੰਡੀ ਜਾਵੇ, ਵਿੱਚੋਂ ਤੋੜਿਆਂ ਦਾ ਘਵਲੇ ਹੁੰਦੇ ਆ, ਇਹ ਸਾਂਝੇ ਥਾਂ ਕਣਕ ਵੰਡੀ ਜਾਵੇ। ਇਹ ਕਿਸੇ ਦਾ ਪੱਖ ਰੱਖਣਾ ਨਾ ਕਿਸੇ ਸਰਪੰਚ ਦਾ ਰੱਖਣਾ, ਸੰਗਤ ਦਾ ਪੱਖ ਰੱਖਣਾ। ਇਹ ਸੰਗਤ ਦੀ ਕਣਕ ਆਉਂਦੀ ਹੈ, ਸੰਗਤ ਜਿੱਥੇ ਆਉਂਦੀ ਉੱਥੇ ਵੰਡ। ਇਸ ਸੰਬੰਧੀ ਡੀਪੂ ਹੋਲਡਰ ਰਾਜਕੁਮਾਰ ਨਾਲ ਸੰਪਰਕ ਕਰਨ ਤੇ ਉਹਨਾਂ ਨੇ ਆਪਣੇ ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਪਰਚੀਆਂ ਕੱਟ ਕੇ ਪੂਰੀ ਕਣਕ ਵੰਡੀ ਜਾ ਰਹੀ ਹੈ, ਪਿੰਡ ਵਿੱਚ ਪਾਰਟੀਬਾਜ਼ੀ ਕਰਕੇ ਉਹਨਾਂ ਉੱਪਰ ਝੂਠੇ ਦੋਸ਼ ਲਗਾਏ ਜਾ ਰਹੇ ਹਨ, ਜੋ ਕਿ ਠੀਕ ਨਹੀਂ ਹੈ। ਸਰ, ਉਹ ਸਰਕਾਰ ਦਾ ਕੰਮ ਜਿਹੜਾ ਕੋਈ ਕਾਰਡ ਕੂਡ ਕੱਟਿਆ ਕਿਸੇ ਦਾ ਜਿਹੜਾ ਨਹੀਂ ਬਣਿਆ, ਉਹ ਮੇਰਾ ਕੋਈ ਇਹ 'ਚ ਕੋਈ ਦੋਸਤ ਥੋੜ੍ਹਾ। ਅਤੇ ਕਣਕ ਹਾਂਜੀ ਪੂਰੀ ਵੰਡਦਾ ਰਿਹਾ ਅਤੇ ਉਹ ਪਾਰਟੀਬਾਜ਼ੀ ਕਰਕੇ, ਅਸੀਂ ਕਾਂਗਰਸੀ ਹਾਂ, ਉਹ ਆਮ ਪਾਰਟੀ ਵਾਲੇ ਆ, ਉਹ ਸਾਡੇ 'ਤੇ ਚੱਕਰ ਸੁੱਟਦੇ ਆ ਵੀ ਇਹ ਆਪਣੇ ਘਰ ਚੁੱਕ ਕੇ ਕਣਕਾਂ 'ਤੇ ਹੀ ਖੜਨੀ ਹੈ ਅਤੇ ਵੰਡਣੀ ਹੈ। ਇਹੋ ਗੱਲ, ਹੋਰ ਕੋਈ ਗੱਲ ਨਹੀਂ ਸਾਡੀ। ਨਹੀਂ, ਉਹਦੀ ਸਾਂਝੀ ਜਗ੍ਹਾ 'ਤੇ ਵੰਡੀ ਜਾਵੇ ਤਾਂ ਫਿਰ ਨਹੀਂ ਸਾਂਝੀ ਨਹੀਂ, ਉਹ ਆਉਂਦੇ ਅਸੀਂ ਘਰ ਖੜਨੀ ਆਪਣੇ। ਅੱਛਾ, ਆਉਂਦੇ ਇੱਥੇ ਡੀਪੂ ਆ, ਜੇ ਇੱਥੇ ਗਨਾਹ ਹੈਗਾ ਆ ਵੰਡਣ ਦਾ ਤਾਂ ਤੁਸੀਂ ਦੱਸ ਦਿਓ।